ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਈ ਸਾਥ ਸੰਗਤ ਜੀ ਉਂਝ ਤਾਂ ਆਪਾਂ ਸਭ ਐਵੇਂ ਦੇ ਕਈ ਲੋਕਾਂ ਨੂੰ ਜਾਣਦੇ ਹੋਵਾਂਗੇ ਜੋ ਬਹੁਤ ਮਤਲਬੀ ਹੋਣਗੇ ਉਹ ਆਪਾਂ ਨੂੰ ਉਦੋਂ ਹੀ ਯਾਦ ਕਰਦੇ ਨੇ ਜਦੋਂ ਉਹਨਾਂ ਨੂੰ ਕੋਈ ਮਤਲਬ ਹੋਵੇ ਜੇ ਉਹਨੂੰ ਕੋਈ ਮਤਲਬ ਨਾ ਹੋਵੇ ਤਾਂ ਸਾਲਾਂ ਤੱਕ ਉਹਨਾਂ ਦਾ ਆਪਾਂ ਮੁੱਖ ਵੀ ਨਹੀਂ ਵੇਖ ਸਕਦੇ ਪਰ ਹਾਂ ਜੇ ਉਹਨੂੰ ਕਿਸੇ ਸਮੇਂ ਮਦਦ ਦੀ ਲੋੜ ਹੋਵੇ ਉਸੇ ਸਮੇਂ ਆਪਣੇ ਅੱਗੇ ਆ ਪ੍ਰਗਟ ਹੋ ਜਾਂਦੇ ਨੇ ਐਵੇਂ ਦੇ ਲੋਕਾਂ ਨੂੰ ਵੇਖ ਬੜਾ ਗੁੱਸਾ ਆਉਂਦਾ ਕਿਉਂ ਕਿਉਂਕਿ ਆਪਣੇ ਮਨ ਵਿੱਚ ਉਦੋਂ ਹੁੰਦਾ ਹੈ ਵੀ ਆਪਾਂ ਇਹਦੀ ਮਦਦ ਨਹੀਂ ਕਰਨੀ ਐਵੇਂ ਦਾ ਸਮਾਂ ਅੱਜ ਤੋਂ ਮੇ ਆਵੇ ਉਸਦੀ ਮਦਦ ਕਰਨ ਲੱਗੇ ਸੋਚੋ ਨਾ ਵੇਖੋ ਦੀਵੇ ਦੀ ਲੋੜ ਉਦੋਂ ਹੀ ਪੈਂਦੀ ਹੈ ਜਦੋਂ ਹਨੇਰਾ ਜ਼ਿਆਦਾ ਗੂੜਾ ਹੋ ਜਾਵੇ ਉਹਨੂੰ ਮਤਲਬ ਹੀ ਸਮਝ ਅੰਦਰ ਹੀ ਅੰਦਰ ਨਾ ਕੁੜੋ ਬਲਕਿ ਉਸ ਸਮੇਂ ਆਪਣੇ ਆਪ ਨੂੰ ਦੀਵਾ ਸਮਝ ਕੇ ਖੁਸ਼ ਹੋਵੋ ਆਪਣੇ ਆਪ ਨੂੰ ਭਾਗਾਵਾਲਾ ਸਮਝੋ ਵੀ ਅਗਲੇ ਨੂੰ ਲੋੜ ਪੈਣ ਤੇ ਤੁਹਾਡੀ ਯਾਦ ਆਈ ਤੇ ਆਪਣੇ ਆਪ ਨੂੰ ਭਾਗਾਵਾਲੇ ਸਮਝਾਓ ਵੀ ਲੋੜ ਪੈਣ ਤੇ ਕਿਸੇ ਨੂੰ ਮੇਰੀ ਯਾਦ ਤਾਂ ਆਉਂਦੀ ਹੈ ਤੇ ਆਪਾਂ ਕਿਸੇ ਦੀ ਮਦਦ ਦੇ ਕਾਬਿਲ ਹਾਂ ਕਿਸੇ ਦੀ ਮਤਲਬੀ ਹੋਣ ਤੇ ਆਪਣਾ ਨਜ਼ਰੀਆ ਨਾ ਬਦਲੋ ਸੋ ਉਹ ਆਪਣੇ ਨਜ਼ਰੀਏ ਨੂੰ ਸਹੀ ਪਾਸੇ ਲੈ ਕੇ ਜਾਣਾ ਚਾਹੀਦਾ ਇੱਕ ਸੰਤ ਜੀ ਨਹਿਰ ਦੇ ਕੰਡੇ ਨਾਲ ਇਸ਼ਨਾਨ ਕਰਨਗੇ ਜਦੋਂ ਇਸ਼ਨਾਨ ਕਰਨਗੇ ਤਾਂ ਇੱਕ ਨਾ ਵਿੱਚੂ ਵਿੱਚ ਗੋਤੇ ਖਾਣ ਦੀ ਅਸੀਂ ਉਹਨਾਂ ਨੂੰ ਵੀ ਉਹਨਾਂ ਬਿਨਾਂ ਸੋਚੇ ਸਮਝੇ ਉਹਨੂੰ ਹੱਥਾਂ ਵਿੱਚ ਚੁੱਕਿਆ ਤੇ ਕੰਡੇ ਤੇ ਜਦੋਂ ਲਾਣ ਲੱਗੇ ਉਹਨੇ ਹੱਥ ਤੇ ਡੰਗ ਮਾਰ ਦਿੱਤਾ ਹੱਥ ਤੇ ਜਦੋਂ ਡੰਗ ਮਾਰਿਆ ਹੱਥ ਇੱਕੋ ਦਮ ਕੰਮ ਗਿਆ ਤੇ ਉਹ ਫੇਰ ਵਿੱਚ ਜਾ ਕੇ ਡਿੱਗਿਆ ਉਹ ਜਿਹੜਾ ਡੰਗ ਮਾਰਿਆ ਸੀ ਤੇ ਹੱਥ ਤੇ ਸੱਟ ਤਾਂ ਵੱਜਣੀ ਸੀ ਇਸ ਕਰਨ ਹੱਥ ਕੰਬਿਆ ਸੀ ਉਹ ਫੇਰ ਡਿੱਗ ਪਿਆ ਜਦੋਂ ਦੁਬਾਰਾ ਉਹਨੂੰ ਕੱਢਣ ਲੱਗੇ ਤੇ ਜਦੋਂ ਕੰਡੇ ਲੈ ਕੇ ਆਉਣ ਲੱਗੇ ਉਹਨੇ ਫੇਰ ਉਹਵੇਂ ਕੀਤਾ ਐਵੇਂ ਲਗਾਤਾਰ ਉਹਨੇ 4 ਵਾਰ ਕੀਤਾ ਤੇ ਫੇਰ ਉਹਨੂੰ ਕੰਡੇ ਤੇ ਲਾ ਦਿੱਤਾ ਇੱਕ ਰੁੱਖ ਥਲੇ ਇੱਕ ਮਨੁੱਖ ਬੈਠਾ ਸੀ ਉਹ ਇਹ ਸਭ ਵੇਖ ਰਿਹਾ ਸੀ ਉਹਨੇ ਪੁੱਛਿਆ ਵੀ ਇਹ ਤੁਹਾਨੂੰ ਬਾਰ-ਬਾਰ ਸੱਟ ਮਾਰ ਰਿਹਾ ਤੇ ਤੁਸੀਂ ਇਹਨੂੰ ਬਚਾ ਰਹੇ ਹੋ ਤਾਂ ਸੰਤ ਜੀ ਕਿਹਾ ਉਹ ਆਪਣਾ ਕੰਮ ਉਹ ਆਪਣੀ ਆਦਤ ਨਹੀਂ ਛੱਡ ਰਿਹਾ ਤਾਂ ਮੇਰਾ ਵੀ ਇੱਕ ਅਸੂਲ ਹੈ ਮੈਂ ਆਪਣਾ ਧਰਮ ਤੇ ਕਰਮ ਕਿਵੇਂ ਛੱਡ ਸਕਦਾ ਸਾਧ ਸੰਗਤ ਜੀ ਆਪਾਂ ਨੂੰ ਵੀ ਇਹ ਸਿੱਖਣਾ ਚਾਹੀਦਾ ਕਿ ਆਪਾਂ ਨੂੰ ਵੀ ਆਪਣੇ ਕਰਮ ਤੋਂ ਕਦੇ ਪਿੱਛੇ ਨਹੀਂ ਹਟਣਾ ਚਾਹੀਦਾ ਜੇ ਦੀਵਾ ਬਣਨ ਦਾ ਮੌਕਾ ਮਿਲੇ ਤਾਂ ਬਾਗਾਂ ਵਾਲਾ ਸਮਝੋ ਸામਨੇ ਵਾਲੇ ਕਿਵੇਂ ਦਾ ਵੀ ਹੋਵੇ ਆਪਣੇ ਕਰਮ ਕਰਨੇ ਕਦੀ ਨਾ ਛੱਡੋ ਕਿਉਂਕਿ ਵਾਹਿਗੁਰੂ ਆਪਾਂ ਨੂੰ ਆਪਣੇ ਕਰਮਾਂ ਦੇ ਬਦਲੇ ਫਲ ਦਿੰਦੇ ਨੇ ਤੇ ਉਹ ਫਲ ਫਿਰ ਬੜਾ ਜੇ ਆਪਾਂ ਮਿੱਠਾ ਫਲ ਲੈਣਾ ਤੇ ਆਪਾਂ ਹਮੇਸ਼ਾ ਚੰਗੇ ਕਰਮ ਕਰੀਏ